ਮੱਧ ਪ੍ਰਦੇਸ਼ ਦੇ ਵਿੱਚ ਇੱਕ ਮਾਨਸਿਕ ਤੌਰ ਤੇ ਪਰੇਸ਼ਾਨ ਬੰਦੇ ਦੇ ਸਿਰ ਦੇ ਉੱਤੇ ਪਿਸ਼ਾਬ ਕਰਨ ਵਾਲੇ ਬੰਦੇ ਦੇ ਘਰ ਨੂੰ ਤੋੜ ਦਿੱਤਾ ਗਿਆ ਹੈ ਵੱਡੀ ਕਾਰਵਾਈ ਕੀਤੀ ਗਈ ਹੈ ਮੱਧ ਪ੍ਰਦੇਸ਼ ਦੀ ਸਰਕਾਰ ਦੇ ਵੱਲੋਂ ਵੈਸੇ ਤੇ ਉਹਨਾਂ ਲੋਕਾਂ ਨੂੰ ਇੱਕ ਸੰਦੇਸ਼ ਆ ਜਿਹੜੇ ਲੋਕ ਸ਼ਰਾਬ ਦੇ ਨਸ਼ੇ ਵਿੱਚ ਜਾਂ ਫਿਰ ਆਪਣੀ ਟੌਰ ਬਣਾਉਣ ਵਾਸਤੇ ਇਹੋ ਜਿਹੀਆਂ ਕਾਨੂੰਨੀ ਹਰਕਤਾਂ ਕਰਦੇ ਨੇ ਇਹ ਮਾਮਲਾ ਮੱਧ ਪ੍ਰਦੇਸ਼ ਦੇ ਸਿੱਧੀ ਜ਼ਿਲ੍ਹੇ ਦਾ ਹੈ ਜਿੱਥੇ ਇੱਕ ਦੱਸਿਆ ਜਾ ਰਿਹਾ ਹੈ ਇੱਕ ਲੀਡਰ ਦਾ ਕਰੀਬੀ ਇੱਕ ਬੰਦੇ ਦੇ ਉੱਤੇ ਪਿਸ਼ਾਪ ਕਰ ਦਿੰਦਾ ਇਹਦੀ ਵੀਡੀਓ ਵੀ ਬਣਾਈ ਜਾਂਦੀ ਏ ਤੇ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤਾ ਜਾਂਦਾ ਹੈ ਇਹ ਵੀਡੀਓ ਹਾਲਾਂਕਿ 9-10 ਦਿਨ ਪੁਰਾਣੀ ਜਾਪ ਰਹੀ ਏ ਪਰ ਜਦੋਂ ਹੀ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਪਤਾ ਸ਼ਿਵਰਾਜ ਚੋਹਾਨ ਨੂੰ ਪਤਾ ਲੱਗਦਾ ਤੇ ਉਹ ਇਹਦੇ ਉੱਤੇ ਐਨਐਸਏ ਰਾਸ਼ਟਰੀ ਸੁਰੱਖਿਆ ਕਾਨੂੰਨ ਜਿਹੜਾ ਉਹ ਲਾਗੂ ਹੋ ਜਾਂਦਾ ਇਹਦੇ ਤੇ ਤੇ ਇਹਨੂੰ ਕਿਹਾ ਜਾ ਰਿਹਾ ਇਹਨੂੰ ਗ੍ਰਫਤਾਰ ਕਰ ਲਿਆ ਗਿਆ ਤੇ ਅੱਜ ਇਹਦੇ ਘਰ ਟੀਮ ਪਹੁੰਚਦੀ ਹੈ ਬੁਲਡੋਜ਼ਰ ਲੈ ਕੇ ਤੇ ਇਹਦੇ ਘਰ 'ਚ ਜਿਹੜੀ ਵੀ ਅਵੈਧ ਉਸਾਰੀ ਹੋਈ ਹੁੰਦੀ ਹੈ ਉਹਨੂੰ ਢਾ ਦਿੱਤਾ ਜਾਂਦਾ ਹੈ ਹਾਲਾਂਕਿ ਪਰਿਵਾਰ ਵਾਲੇ ਕਹਿੰਦੇ ਨੇ ਜੇ ਸਾਡੇ ਮੁੰਡੇ ਨੇ ਕੋਈ ਕਸੂਰ ਕੀਤਾ ਤੇ ਤੁਸੀਂ ਉਹਦੇ ਤੇ ਕਾਰਵਾਈ ਕਰੋ ਸਾਡੇ ਘਰ ਨੂੰ ਨਾ ਢਾਓ ਪਰ ਜਿਹੜੇ ਅਧਿਕਾਰੀ ਇਹ ਤੋੜਨ ਵਾਸਤੇ ਗਏ ਹੁੰਦੇ ਘਰ ਉਹ ਮੁੜਦੇ ਨਹੀਂ ਬੁਲਡੋਜ਼ਰ ਲੈ ਕੇ ਟੀਮ ਪਹੁੰਚਦੀ ਹੈ ਤੇ ਦੱਸਿਆ ਜਾ ਰਿਹਾ ਹੈ ਕਰੀਬ-ਕਰੀਬ 70 ਤੋਂ ਵੱਧ ਪੁਲਿਸ ਕਰਮਚਾਰੀ ਵੀ ਨਾਲ ਹੁੰਦੇ ਨੇ ਇਸ ਤੋਂ ਬਾਅਦ ਜਿਹੜੇ ਮੁੱਖ ਮੰਤਰੀ ਨੇ ਬੱਧ ਪ੍ਰਦੇਸ਼ ਦੇ शिवराज सिंह चौहान ਉਹਨਾਂ ਦਾ ਬਿਆਨ ਵੀ ਸਾਹਮਣੇ ਆਇਆ ਕਿ ਪਸ਼ਾਪकांड ਐਨਐਸਏ ਤੇ ਲਾਤਾ ਗਿਆ ਇਹਦੇ ਘਰ ਤੇ ਬਲਡੋਜ਼ਰ ਵੀ ਚਲਾਤਾ ਗਿਆ ਜੇ ਲੋੜ ਪਈ ਤੇ मामा जी ਅਪਰਾਧੀਆਂ ਨੂੰ ਜ਼ਮੀਨ ਦੇ ਵਿੱਚ 10 ਫੁੱਟ ਥੱਲੇ ਗੜ ਦੇਣਗੇ मामा जी ਦਾ ਸੰਦੇਸ਼ ਸਾਫ ਆ ਇਸ ਲਈ ਗਲਤ ਮਨਸ਼ਾ ਵਾਲਿਆਂ ਨੂੰ ਮੱਧ ਪ੍ਰਦੇਸ਼ ਅਪਰਾਧ ਕਰਨ ਲਈ 10 ਵਾਰਾਂ ਸੋਚਣਾ ਪਏਗਾ ਵਸਤੇ ਪੰਜਾਬ ਸਰਕਾਰ ਨੂੰ ਵੀ ਮੱਧ ਪ੍ਰਦੇਸ਼ ਸਰਕਾਰ ਕੋਲੋਂ ਮੁੱਖ ਮੰਤਰੀ ਸ਼ਿਵਰਾਜ ਚੋਹਾਨ ਕੋਲੋਂ ਇੱਕ ਸਿੱਖ ਲੈਣੀ ਚਾਹੀਦੀ ਹੈ ਕਿ ਜਿਹੜੇ ਇੱਥੇ ਅਪਰਾਧੀ ਵਾਰ-ਵਾਰ ਜਿਹੜੇ ਅਪਰਾਧ ਕਰਦੇ ਨੇ ਲੋਕਾਂ ਨੂੰ ਪਰੇਸ਼ਾਨ ਕਰਦੇ ਨੇ ਉਹਨਾਂ ਉੱਤੇ ਵੀ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਉੱਤਰ ਪ੍ਰਦੇਸ਼ ਦੇ ਵਿੱਚ ਪਹਿਲੇ ਹੀ ਯੋਗੀ ਅਦਿੱਤਿਆਨਾਥ ਮਸ਼ਹੂਰ ਨੇ ਕਿ ਜਿਹੜਾ ਗੈਂਗਸਟਰ ਕੋਈ ਗਲਤ ਕੰਮ ਕਰਦਾ ਹੈ ਅਪਰਾਧ ਕਰਦਾ ਹੈ ਉਹਦੇ ਘਰ ਤੇ ਬਲਡੋਜ਼ਰ ਚਲਾ ਦਿੱਤਾ ਜਾਂਦਾ ਹੈ ਹੁਣ ਇਹ ਵੱਡਾ ਸੰਦੇਸ਼ ਦਿੱਤਾ ਗਿਆ ਉਹਨਾਂ ਲੋਕਾਂ ਨੂੰ ਜਿਹੜੇ ਅਪਰਾਧ ਕਰਦੇ ਨੇ ਅਪਰਾਧੀਆਂ ਲਈ ਐਸੀ ਹੀ ਸਜ਼ਾ ਜਿਹੜੀ ਹੈ ਉਹ ਬੜੀ ਜ਼ਰੂਰੀ ਹੈ ਤਾਂ ਕਿ ਇਹਨਾਂ ਨੂੰ ਡਰ ਹੋਵੇ ਕਈ ਵਾਰੀ ਇਹ ਵੇਖਿਆ ਗਿਆ ਕਿ ਅਪਰਾਧੀ ਅਪਰਾਧ ਕਰਨ ਤੋਂ ਬਾਅਦ ਜ਼ਮਾਨਤ ਤੇ ਬਾਹਰ ਆ ਜਾਂਦਾ ਤੇ ਆ ਕੇ ਫੇਰ ਉਹੋ ਹੀ ਕੰਮ ਕਰਨ ਲੱਗ ਜਾਂਦਾ ਪਰ ਇਸ ਜਿਹੜਾ ਜੋ ਵੀ ਕੰਮ ਮੱਧ ਪ੍ਰਦੇਸ਼ ਸਰਕਾਰ ਨੇ ਕੀਤਾ ਇਹਦੇ ਲਈ ਉਹਦੀ ਹਰ ਪਾਸੇ ਤਾਰੀਫ਼ ਵੀ ਹੋ ਰਹੀ ਹੈ ਕਿਉਂਕਿ ਅਪਰਾਧੀਆਂ ਨੂੰ ਸਿਰਫ ਡਰਾ ਕਾਨੂੰਨ ਕਾਨੂੰਨ ਦਾ ਖੋਫ ਹੈ ਉਹਨਾਂ ਨੂੰ ਸਰਕਾਰਾਂ ਦਾ ਕਿ ਉਹਨਾਂ ਤੇ ਕੋਈ ਕਾਰਵਾਈ ਹੋਏਗੀ ਵਰਨਾ ਤੇ ਇਹ ਇਹਨਾਂ ਨੇ ਕਾਨੂੰਨ ਨੂੰ ਮਜ਼ਾਕ ਬਣਾ ਕੇ ਰੱਖ ਲਿਆ। ਇਸੇ ਮਾਮਲੇ ਨੂੰ ਲੈ ਕੇ ਸਿਆਸਤ ਵੀ ਗਰਮਾ ਗਈ ਹੈ ਜਿੱਥੇ ਕਿ ਸ਼ਿਵਰਾ ਚੋਹਾਨ ਮੁੱਖ ਮੰਤਰੀ ਨੇ ਟਵੀਟ ਕੀਤਾ ਕਿ ਪੁਲਿਸ ਵਾਲਿਆਂ ਨੂੰ આરોપી ਦੇ ਉੱਤੇ NSA ਲਾਉਣ ਦੇ ਆਦੇਸ਼ ਦਿੱਤੇ ਗਏ ਨੇ ਪ੍ਰਸ਼ਾਸਨ ਨੂੰ ਹੀ ਆਦੇਸ਼ ਦੇ ਦਿੱਤੇ ਨੇ ਕਿ ਅਪਰਾਧੀ ਤੇ ਇਹੋ ਜੀ ਕਾਰਵਾਈ ਕਰੋ ਜਿਹੜੀ ਕਿ ਦੂਜਿਆਂ ਲਈ ਸਬਕ ਬਣ ਜਾਵੇ। अपराधी ना दी नाम ते कोई जाति हुंदी है ते नाम ही कोई धर्म हुंदा है अपराधी किसी पार्टी दा नहीं हुंदा के हुं के ए केवल अपराधी ही हुंदा है ਤੁਹਾਨੂੰ ਇਹ ਵੀ ਦੱਸ ਦਈਏ આરોਪ ਲੱਗ ਰਿਹਾ ਇਸਾਨ ਕਿ ਇਹ ਜਿਹੜਾ ਬੰਦੇ ਦੇ ਉੱਤੇ ਪਿਸ਼ਾਪ ਕਰ ਰਿਹਾ ਉਹ ਬੀਜੇਪੀ ਦਾ ਕਰੀਬੀ ਹੈ ਇਸ ਤੋਂ ਬਾਅਦ ਸਿਆਸਤ ਗਰਮਾਉਂਦੀ ਹੈ ਉਹ ਨਰੋਤਮ ਮਿਸ਼ਰਾ ਉਹਨਾਂ ਦਾ ਵੀ ਟਵੀਟ ਸਾਹਮਣੇ ਆਇਆ ਤੇ ਕਹਿੰਦੇ ਕਿਸੇ ਵੀ ਪਾਰਟੀ ਦਾ ਕਾਰਜਕਰਤਾ ਹੋਏ ਜੇ ਕਿਸੇ ਨੇ ਗਲਤ ਕੀਤਾ ਤੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਐਨਐਸਏ ਉੱਤੇ ਲਾਤਾ ਗਿਆ ਬਲਡੋਜ਼ਰ ਕਾਂਗਰਸ ਦੇ ਹਿਸਾਬ ਦੇ ਨਾਲ ਨਹੀਂ ਚੱਲਦਾ ਕਾਨੂੰਨ ਦੇ ਹਿਸਾਬ ਨਾਲ ਚੱਲਦਾ ਹੈ ਜੇ ਕਿਸੇ ਦੇ ਘਰ ਦੇ ਉੱਤੇ ਇਲੀਗਲ ਨਿਰਮਾਣ ਹੋਇਆ ਤੇ ਉਹਨੂੰ ਢਾ ਦਿੱਤਾ ਜਾਏਗਾ। ਕਮਲਨਾਥ ਸਿੰਘ ਜਿਹੜੇ ਨੇ ਉਹਨਾਂ ਦਾ ਵੀ ਟਵੀਟ ਸਾਹਮਣੇ ਆਂਦਾ ਕਹਿੰਦੇ ਐਮਪੀ ਦੇ ਆਦੀਵਾਸੀਆਂ ਦੇ ਅਪਮਾਨ ਦੀ ਘਟਨਾ ਨਾਲ ਮਨ ਦੁਖੀ ਹੋਇਆ ਹੈ। ਬੀਜੇਪੀ ਨੇਤਾ ਦਾ ਪਿਸ਼ਾਪ ਕਰਦੇ ਹੋਏ ਵੀਡੀਓ ਵੇਖ ਕੇ ਮੇਰੀ ਰੂਹ ਕੰਮ ਕੰਮ ਲੱਗ ਪਈ। ਸਿੱਧੀ ਜ਼ਿਲ੍ਹੇ ਦੇ ਵਿੱਚ ਆਦੀਵਾਸੀ ਯੁਵਕ ਦੇ ਉੱਤੇ ਮਨੋਰੋਗੀ ਸੀ ਜਿਹੜਾ ਉਹਦੇ ਤੇ ਹਮਲਾ ਇਹ ਘਟਨਾ ਬੇਹਦ ਨਿੰਦਨੀ ਹੈ। ਰਾਹੁਲ ਗਾਂਧੀ ਦਾ ਵੀ ਟਵੀਟ ਆ ਤੇ ਆਂਦਾ ਹੈ ਕਿ ਬੀਜੇਪੀ ਰਾਜ ਦੇ ਵਿੱਚ ਆਦੀਵਾਸੀ ਬਾਈ ਪੈਣਾ ਭਰਾਵਾਂ ਤੇ ਅਤਿਆਚਾਰ ਹੋ ਰਹੇ ਨੇ ਮੱਧ ਪ੍ਰਦੇਸ਼ ਦੇ ਵਿੱਚ ਇੱਕ ਬੀਜੇਪੀ ਨੇਤਾ ਦੇ ਇਸ ਕਾਨੂੰਨੀ ਅਪਰਾਧ ਦੇ ਨਾਲ ਮਾਨਵਤਾ ਸ਼ਰਮਸਾਰ ਹੋਈ ਹੈ ਪ੍ਰਿੰਕਾ ਗਾਂਧੀ ਦਾ ਵੀ ਇੱਤੇ ਟਵੀਟ ਆਂਦਾ ਹੈ ਪਰ ਇੱਕ ਗੱਲ ਦੀ ਵਧਾਈ ਅਸੀਂ ਦੇਣਾ ਚਾਹਾਂਗੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੋਹਾਨੂ ਜਿਨ੍ਹਾਂ ਨੇ ਤਮਾਮ ਚੀਜ਼ਾਂ ਨੂੰ ਦਰਕਿਨਾਰ ਕਰਦੇ ਹੋਏ ਇਹਦਾ ਕੜਾ ਸੰਕੇਤ ਲਿਆ ਕਿ ਜਿਸ ਬੰਦੇ ਨੇ ਇੱਕ ਗਨੋਨੀ ਹਰਕਤ ਕੀਤੀ ਏ ਪਹਿਲੇ ਤੇ ਉਹਦੇ ਤੇ ਐਨਐਸਏ ਲਾਇਆ ਗਿਆ ਤੇ ਉਸ ਤੋਂ ਬਾਅਦ ਉਹਦਾ ਘਰ ਜਿਹੜਾ ਕਿ ਇਲੀਗਲ ਬਣਿਆ ਸੀ ਉਹਦੇ ਉੱਤੇ ਬਲਡੋਜ਼ਰ ਚਲਾ ਦਿੱਤਾ ਗਿਆ ਹਾਲਾਂਕਿ ਇਸ ਨੌਜਵਾਨ ਦੇ ਪਰਿਵਾਰ ਵਾਲੇ ਵਾਰ-ਵਾਰ ਮਿੰਤਾں ਕਰਦੇ ਰਹੇ ਵੀ ਸਾਡੇ ਮੁੰਡੇ ਨੂੰ ਸਜ਼ਾ ਦਿੱਤੀ ਜਾਵੇ ਪੂਰੇ ਪਰਿਵਾਰ ਨੂੰ ਸਜ਼ਾ ਕਿਉਂ ਦਿੱਤੀ ਜਾ ਰਹੀ ਏ ਪਰ ਜਦੋਂ ਕੋਈ ਵੱਡਾ ਗੈਂਗਸਟਰ ਬਣ ਜਾਂਦਾ ਹੈ ਤੇ ਉਹਦਾ ਫਾਇਦਾ ਪੂਰੇ ਪਰਿਵਾਰ ਨੂੰ ਮਿਲਦਾ ਉਹ ਕੱਲਾ ਉਹਦਾ ਫਾਇਦਾ ਨਹੀਂ ਚੁੱਕਦਾ ਉਦੇ ਪਰਿਵਾਰ ਦੀ ਵੀ ਉਨੀ ਹੀ دہشت ਬਣ ਜਾਂਦੀ ਹੈ ਜਿਦੀ ਕਿ ਜਿੰਨੀ ਕਿ ਉਸ ਗੈਂਗਸਟਰ ਦੀ ਬਣਦੀ ਹੈ ਇਸ ਕਰਕੇ ਇਹ ਸਬਕ ਵਾਕਈ ਉਹਨਾਂ ਲੋਕਾਂ ਲਈ ਬੜਾ ਜ਼ਰੂਰੀ ਹੈ ਜਿਹੜੇ ਕਿ ਗਲਤ ਕੰਮ ਕਰਦੇ ਨੇ ਜਿਹੜੇ ਅਪਰਾਧ ਕਰਦੇ ਨੇ ਵਾਰ-ਵਾਰ ਜਿਹੜੇ ਨਸ਼ਾ ਵੇਚਦੇ ਨੇ ਤੇ ਫੜੇ ਜਾਂਦੇ ਨੇ ਤੇ ਜ਼ਮਾਨਤਾਂ ਤੇ ਬਾਹਰ ਆ ਜਾਂਦੇ ਨੇ ਸਰਕਾਰਾਂ ਨੂੰ ਉਹਨਾਂ ਦੇ ਖਿਲਾਫ ਵੀ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ